ਵਿਧਾਨ ਸਭਾ ਹਲਕਾ ਬੰਗਾ ਦੇ ਕਸਬਾ ਮੁਕੰਦਪੁਰ ਵਿਖੇ ਕਾਫੀ ਲੰਬੇ ਸਮੇਂ ਤੋਂ ਬੱਸ ਸਟੈਂਡ ਦੀ ਹਾਲਤ ਖਸਤਾ ਹੋਣ ਕਰਕੇ ਉੱਥੇ ਦੇ ਲੋਕਾਂ ਨੂੰ ਬਹੁਤ ਹੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਦੇ ਨਵੀਨੀਕਰਨ ਦੀ ਸ਼ੁਰੂਆਤ ਪਿੰਡ ਦੀ ਨਵੀਂ ਬਣੀ ਪੰਚਾਇਤ ਦੇ ਸਰਪੰਚ ਪੰਕਜ ਲੋਟੀਆ ਅਤੇ ਸਮੂਹ ਮੈਂਬਰਾਂ ਵੱਲੋਂ ਅਰਦਾਸ ਬੇਨਤੀ ਕਰਕੇ ਕੀਤੀ ਗਈ। ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਇਸਤਰੀ ਵਿੰਗ ਪੰਜਾਬ ਹਰਜੋਤ ਕੌਰ ਲੋਟੀਆ ਨੇ ਮੁਕੰਦਪੁਰ ਦੀ ਨਵੀਂ ਬਣੀ ਪੰਚਾਇਤ ਦੇ ਪਹਿਲੇ ਕਾਰਜ ਦੀ ਸ਼ਲਾਘਾ ਕੀਤੀ। ਇਸ ਮੌਕੇ ਸਰਪੰਚ ਪੰਕਜ ਲੋਟੀਆ ਨੇ ਕਿਹਾ ਕਿ ਪਿੰਡ ਮੁਕੰਦਪੁਰ ਦਾ ਵਿਕਾਸ ਬਿਨਾਂ ਕਿਸੇ ਭੇਦਭਾਵ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੀਤਾ ਜਾਵੇਗਾ। ਸਰਪੰਚ ਸਾਹਿਬ, ਕੀ ਕਾਰਜ ਅੱਜ ਹੋ ਰਿਹਾ? ਅੱਜ ਪਿੰਡ ਮੁਕੰਦਪੁਰ ਵਿਖੇ ਬੜੇ ਲੰਬੇ ਸਮੇਂ ਤੋਂ ਜਿਹੜਾ ਮੁਕੰਦਪੁਰ ਬੱਸ ਸਟੋਪ ਦਾ ਕੰਮ ਸੀਗਾ ਰੁਕਿਆ ਹੋਇਆ ਸੀਗਾ, ਅਤੇ ਅੱਜ ਅਸੀਂ ਉਹਦੇ ਲਈ ਉਦਘਾਟਨ ਕੀਤਾ। ਉਹਦੇ ਲਈ ਅਸੀਂ ਕੰਕਰੀਟ ਬਜਰੀ ਦਾ ਲੁੱਕ ਪਵਾ ਰਹੇ ਹਾਂ ਇੱਥੇ, ਅਤੇ ਉਹਦੇ ਲਈ ਉਦਘਾਟਨ ਕੀਤਾ ਸਾਰੀ ਪੰਚਾਇਤ ਨੇ। ਕਿੰਨੇ ਕੁ ਦਾ ਪ੍ਰੋਜੈਕਟ ਹੈਗਾ? ਪ੍ਰੋਜੈਕਟ ਲਗਭਗ 4 ਲੱਖ ਦਾ ਜੀ। 4 ਲੱਖ ਦਾ ਪ੍ਰੋਜੈਕਟ ਹੈ। ਬਜਰੀ ਜਿਹੜੀ ਆ ਉਹ ਕਿੰਨੀ ਪਾਈ ਜਾਣੀ ਆ? 3 ਇੰਚ ਅਤੇ ਸੁੱਕੀ ਆ ਮੇਰੇ ਖਿਆਲ ਨਾਲ, 2 ਇੰਚ ਜਿਹੜੀ ਪੈਣੀ ਆ ਆਫਟਰ ਫਲੈਟ। ਇਸ ਤੋਂ ਬਾਅਦ ਦੇ ਕਾਰਜ? ਇਸ ਤੋਂ ਬਾਅਦ ਦੇ ਕਾਰਜ ਇਹੀ ਆ ਕਿ ਬਸ ਸਾਰਾ ਕੰਪਲੀਟ ਕਰਨਾ ਆ। ਫਿਰ ਅੱਗੇ ਪਿੰਡ ਦੇ ਹੋਰ ਬਹੁਤ ਕੰਮ ਆ ਜਿਹੜੇ ਰਹਿੰਦੇ ਉਹ ਵੀ 5 ਸਾਲਾਂ 'ਚ ਕੰਪਲੀਟ ਕਰਨੇ ਆ, ਜਿਹੜੇ ਕਾਫੀ ਲੰਬੇ ਸਮੇਂ 'ਚ ਰੁਕੇ ਹੋਏ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਅਸੀਂ ਮੁਕੰਦਪੁਰ ਵਿਖੇ ਜੋ ਪੰਚਾਇਤ ਆ, ਨਵੀਨਾ ਚੁੱਕ ਪੰਚਾਇਤ ਆ, ਉਹਨਾਂ ਨੇ ਅੱਜ ਆਪਣਾ ਪਹਿਲਾ ਜਿਹੜਾ ਕਾਰਜ ਆ ਉਹ ਸ਼ੁਰੂ ਕੀਤਾ ਆ। 2013 ਤੋਂ ਜਿਹੜਾ ਇਹ ਜਿਹੜਾ ਬੱਸ ਅੱਡਾ ਆ ਇਹਦੀ ਜਿਹੜੀ ਉਸਾਰੀ ਹੋਈ ਸੀ, ਉਸ ਤੋਂ ਬਾਅਦ ਬਹੁਤ ਸਾਰੇ ਅਧੂਰੇ ਕਾਰਜ ਇੱਦਾਂ ਦੇ ਰਹਿੰਦੇ ਸੀਗੇ, ਜਿਹਨਾਂ ਵਿੱਚੋਂ ਇੱਕ ਇਹ ਸੀਗਾ ਜਿਹਦੀ ਰਿਪੇਅਰ ਮੁਰੰਮਤ ਹੋਣੀ ਬਹੁਤ ਜ਼ਰੂਰੀ ਸੀਗੀ। ਸੋ ਨਵੀਂ ਪੰਚਾਇਤ ਵੱਲੋਂ ਇਹ ਜਿਹੜਾ ਪਹਿਲਾ ਕਾਰਜ ਆ ਉਹ ਸ਼ੁਰੂ ਕੀਤਾ ਗਿਆ ਆ, ਅਤੇ ਆਉਣ ਵਾਲੇ ਸਮਿਆਂ ਦੇ ਵਿੱਚ ਹੋਰ ਵੀ ਜਿਹੜੇ ਪੁਰਾਣੀਆਂ ਪੰਚਾਇਤਾਂ ਵੱਲੋਂ ਅਧੂਰੇ ਕਾਰਜ ਰਹਿਗੇ ਉਹ ਸਾਰੇ ਜਿਹੜੇ ਆ ਉਹ ਹੌਲੀ ਹੌਲੀ ਕਰਕੇ ਕੀਤੇ ਜਾਣਗੇ। ਮੈਂ ਸਮੂਹ ਪੰਚਾਇਤ ਦਾ, ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੋ ਕਿ ਸਹਿਯੋਗ ਜਿਹੜਾ ਦੇ ਰਹੇ ਆ, ਅਤੇ ਅੱਗੇ ਤੋਂ ਵੀ ਅਸੀਂ ਇਹੀ ਕਾਮਨਾ ਕਰਦੇ ਹਾਂ ਕਿ ਗਾਂਵ ਵਿੱਚ ਤੁਸੀਂ ਜਿੱਦੇ ਜਦੋਂ ਇਸ ਪੰਚਾਇਤ ਨੂੰ ਗਾਈਡ ਕਰੀ ਜਾਓਗੇ ਉਵੇਂ ਉਵੇਂ ਜਿਹੜੀ ਪੰਚਾਇਤ ਆ ਉਹ ਕੰਮ ਕਰਦੀ ਰਹੂਗੀ। ਬਾਕੀ ਮੈਂ ਆਮ ਆਦਮੀ ਪਾਰਟੀ ਵੱਲੋਂ ਵੀ, ਪੰਜਾਬ ਸਰਕਾਰ ਵੱਲੋਂ ਵੀ, ਸਾਰੇ ਹੀ ਪੰਚਾਇਤ ਮੈਂਬਰਾਂ ਨੂੰ ਯਕੀਨ ਦਵਾਉਂਦੀ ਹਾਂ, ਨਗਰ ਨਿਵਾਸੀਆਂ ਨੂੰ ਯਕੀਨ ਦਵਾਉਂਦੀ ਹਾਂ ਕਿ ਜਿੱਥੇ ਵੀ ਤੁਹਾਨੂੰ ਜਿੱਦਾਂ ਦੇ ਵੀ ਫੰਡ ਦੀ ਜ਼ਰੂਰਤ ਪੈਂਦੀ ਆ ਅਸੀਂ ਤੁਹਾਡੇ ਨਾਲ ਖੜ੍ਹੇ ਹਾਂ। ਤੁਸੀਂ ਬਸ ਸਿਰਫ ਸਾਨੂੰ ਇੱਕ ਐਪਲੀਕੇਸ਼ਨ ਦੇਣੀ ਆ, ਬਸ ਆਪਣੀ ਮੰਗ ਰੱਖਣੀ ਆ, ਬਾਕੀ ਜਿਹੜਾ ਪੈਸਾ ਹੈ ਉਹ ਤੁਹਾਡਾ ਹੀ ਆ, ਸਰਕਾਰ ਦਾ ਕੋਈ ਪੈਸਾ ਨਹੀਂ ਆ, ਕਿਸੇ MLA ਜਾਂ ਕਿਸੇ ਮੰਤਰੀ ਦਾ ਨਹੀਂ ਉਹ ਪੈਸਾ ਹੁੰਦਾ, ਤੁਹਾਡਾ ਹੀ ਪੈਸਾ ਤੁਹਾਨੂੰ ਹੀ ਮਿਲਣਾ ਆ। ਸੋ ਹਮੇਸ਼ਾ ਅਸੀਂ ਤੁਹਾਡੇ ਨਾਲ ਖੜ੍ਹੇ ਹਾਂ। ਬਹੁਤ ਬਹੁਤ ਧੰਨਵਾਦ। ਸੇਖ ਸਾਹਿਬ, ਕੀ ਤੁਹਾਡਾ ਨਾਮ ਕੀ ਹੈ? ਰਕੇਸ਼ ਕੁਮਾਰ। ਰਕੇਸ਼ ਜੀ, ਅੱਜ ਕਿਹੜੇ ਪਿੰਡ ਕਾਰਜ ਜਿਹੜਾ ਸ਼ੁਰੂ ਕਰਾਇਆ ਅਤੇ ਕੀ ਕਰਾਇਆ? ਇਹ ਪਿੰਡ ਮੁਕੰਦਪੁਰ ਗ੍ਰਾਮ ਪੰਚਾਇਤ ਵੱਲੋਂ ਕੰਮ ਕਰਾਇਆ ਜੀ, ਬੱਸ ਅੱਡੇ ਦੇ ਜਿਹੜਾ ਫਰਸ਼ ਪਾਉਣਾ ਇਹ ਲੋਕ ਦਾ। ਅਤੇ ਇਸ ਤੋਂ ਬਾਅਦ ਹੋਰ ਜਿਹੜੇ ਆ ਕਾਰਜ ਕਿਹੜੇ ਕਿਹੜੇ ਉਹ ਸ਼ੁਰੂ ਕਰਾਏ ਜਾਣਗੇ? ਹੋਰ ਕਾਰਜ ਕਰਾਉਣੇ ਜੀ, ਇੱਕ 13 ਸੱਚਾ ਸੌਦਾ ਵਾਲੇ ਸਰਸੇ ਜਿਹੜਾ ਉਹਨਾਂ ਦਾ ਹੈਗਾ ਜੀ ਸਾਸਾਂ ਘਰ, ਉੱਥੇ ਜਾਂਦੇ ਰਸਤਾ ਉਹ ਪੱਕਾ ਕਰਾਉਣਾ ਜੀ, ਉਸ ਤੋਂ ਬਾਅਦ ਉਹੀ ਸ਼ੁਰੂ ਕਰ ਦੇਣਾ ਜੀ। ਇਹ ਕਿੰਨੇ ਕੁ ਦਾ ਪ੍ਰੋਜੈਕਟ ਹੈਗਾ ਇਹ ਵੀ ਅਤੇ ਉਹ ਵੀ? ਇਹ ਤਾਂ ਸਕੇਅਰ ਫੁੱਟ ਦੇ ਹਿਸਾਬ ਨਾਲ ਹੈ, ਜੋ ਜੇਈ ਸਾਹਿਬ ਮਿਣਤੀ ਕਰਨਗੇ ਸਾਡਾ ਪ੍ਰੋਜੈਕਟ ਬਾਅਦ 'ਚ ਬਣਦਾ ਹੁੰਦਾ ਜੀ, ਅਤੇ ਮਿਣਤੀ ਕਰਕੇ ਜੋ ਕੱਢਣਗੇ ਜੋ ਖਰਚਾ ਹੋਊਗਾ ਉਹਦੇ ਹਿਸਾਬ ਨਾਲ ਪੇਮੈਂਟ ਆਉਣਗੇ। 2 ਲੱਖ 3 ਲੱਖ ਦਾ ਪ੍ਰੋਜੈਕਟ।
ਉੱਚੇ ਸੁੱਚਾ ਭਗਵੰਤ ਸਗਲ ਸਮਗਰੀ ਤੁਮਰਾ ਸੁੱਚਾ ਧਾਰੀ ਤੁਮ ਸਭ ਸੌਜਾਕਾਰੀ ਤੁਮਰੀ ਗਤਮ ਤੁਮੀ ਜਾਣੀ ਨਾਨਕ ਦਾਸ ਸਦਾ ਕਰਵਾਨੀ ਤਿੰਨੇ ਦਾਸ ਪਨਵਾਨ ਹਾਰਾ ਦੁਖਮ ਦਾਸ ਕਰਾਸ ਤਪ ਵਿਗਨ ਕੋਈ ਲਾਗੇ ਜਪਕੀ ਪ੍ਰਭਾਗੇ ਦਾਸ ਹਰ ਦਾਸ ਬੇਨਤੀ ਇਕਮਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹ ਸ਼੍ਰੀ ਭਗਵਤੀ ਪਾਤਸ਼ਾਹੀ ਦਾਸ ਜੀ ਵੇਦ ਭਗਵਤੀ ਸੰਤਾ ਗੁਰੂ ਨਾਨਕ ਦੇਵ ਜੀ ਆਏ ਸ਼੍ਰੀ ਗੁਰੂ ਅੰਗਦ ਅਮਰਦਾਸ ਰਾਮਦਾਸ ਉਸਾਜ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਰਾਏ ਸ਼੍ਰੀ ਹਰ ਕ੍ਰਿਸ਼ਨ ਜੀ ਧਿਆਈ ਜੁਗ ਜੁਗ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਲਾਉਣੇ ਧਾਏ ਸਭ ਤੇ ਹੋ ਸਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਚਿੱਟੀਆਂ ਵਾਜਾਂ ਵਾਲੇ ਕਰਦੀਆਂ ਵਾਲੇ ਪੰਥ ਸਿੱਖ ਵਾਲੇ ਦੋ ਜਹਾਨ ਦੇ ਵਾਲੇ ਪੁੱਤਰਾਂ ਦੇ ਦਾਨੀ ਸਭ ਤੇ ਹੋ ਸਾਏ ਸਭ ਤੇ ਹੋ ਸਾਏ ਧੁਰਤੀ ਬਾਣੀ ਆਏ ਤਿੰਨ ਸੱਗੀ ਚਿੰਤ ਮਿਟਾਏ ਦਸਾਂ ਪਾਤਸ਼ਾਹੀਆਂ ਦੀ ਜਗਦੀ ਜਾਤ ਹਰਰਾ ਜੋਤ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਦਾਦਾ ਧਿਆਨ ਕਰਕੇ ਸਤਸੰਗ ਦੁਆਰਾ ਸ਼੍ਰੀ ਵਾਹਿਗੁਰੂ ਵਾਹਿਗੁਰਾ ਨਾਭ ਜੀ ਦੇ ਸਾਜੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਰੇ ਮੁਕਤਿਆਂ ਚੌਹਟੀਆਂ ਤੱਪੀਆਂ ਜਿਨ੍ਹਾਂ ਆਪ ਜੀ ਦਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਬਾਈ ਦੇ ਕੰਡਿਟ ਕੀਤਾ ਤਿੰਨਾਂ ਪਿਆਰਿਆਂ ਸਪਿਆਰਿਆਂ ਸਮੂਹ ਭਗਤਾਂ ਦੀ ਕਮਾਈ ਵੱਲ ਧਿਆਨ ਕਰਕੇ ਸਤਸੰਗ ਦੁਆਰਾ ਸ਼੍ਰੀ ਵਾਹਿਗੁਰੂ ਵਾਹਿਗੁਰਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸੀਸ ਦਿੱਤੀ ਵੰਧ ਵੰਧ ਬਿਠਾਏ ਖੋਪੜੀਆਂ ਲਾਈਆਂ ਚੱਤੀਆਂ ਅਤੇ ਚੜੇ ਆਦਿਆਂ ਨਾਲ ਚਲਾਏ ਗਏ ਗੁਰਦੁਆਰੇ ਆਜ਼ਾਦ ਕਰਨ ਦੀ ਖਾਤਰ ਬਿਆਨ ਕਰਵਾਈਆਂ ਕੀਤੀਆਂ ਆਪ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਆਪ ਜੀ ਦੀ ਬਖਸ਼ਿਸ਼ ਸਿੱਖੀ ਦੇਸਾ ਸਵਾਸਾਂ ਨਾਲ ਨਿਭਾਈ ਜਿਨ੍ਹਾਂ ਸ਼ਹੀਦ ਸਿੰਘਾਂ ਸਿੰਘਣੀਆਂ ਮਸੂਮ ਬੱਚਿਆਂ ਦੀ ਕਮਾਈ ਵੱਲ ਧਿਆਨ ਕਰਕੇ ਸਤਸੰਗ ਦੁਆਰਾ ਸ਼੍ਰੀ ਵਾਹਿਗੁਰੂ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਕਮਾਈ ਵੱਲ ਧਿਆਨ ਕਰਕੇ ਸਤਸੰਗ ਦੁਆਰਾ ਸ਼੍ਰੀ ਵਾਹਿਗੁਰੂ ਵਾਹਿਗੁਰੂ ਹੇਲ ਮਾਣਿਆਂ ਦੇ ਮਾਣ ਨਿਤਾਣਿਆਂ ਦੇ ਧਨ ਲੋਕਿਆਂ ਦੇ ਓਟ ਨਿਆਸਰਿਆਂ ਦੇ ਆਸਰੀ ਕਾਲ ਪੁਰਖ ਮਹਾਰਾਜ ਧੰਨ ਧੰਨ ਗੁਰੂ ਨਾਨਕ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਧੰਨ ਧੰਨ ਦਸਾਂ ਪਾਤਸ਼ਾਹੀਆਂ ਦੀ ਰੱਬੀ ਜੋ ਸ਼ਗਾਨ ਸਾਹਿਬ ਮਹਾਰਾਜ ਜੋ ਧੰਨ ਧੰਨ ਕਾਲ ਪੁਰਖ ਮਹਾਰਾਜ ਅੰਤੇ ਜਾਮੀ ਜੋ ਮਹਾਰਾਜ ਸੱਚੇ ਪਾਤਸ਼ਾਹ ਜੀਓ ਸੌ ਨਗਰ ਨਿਵਾਸੀ ਸੌ ਪੰਚਾਇਤ ਗਲਾ ਮੁਕੰਦਪੁਰ ਦੀਆਂ ਸੰਗਤਾਂ ਨੇ ਮਹਾਰਾਜ ਨਾਲ ਮਿਲ ਕੇ ਇਸ ਮਹਾਰਾਜ ਸੱਚੇ ਪਾਤਸ਼ਾਹ ਜੀਓ ਆਪ ਦੇ ਮਹਾਰਾਜ ਸੱਚੇ ਪਾਤਸ਼ਾਹ ਜੀਓ ਬੱਸ ਸਟੈਂਡ ਦੀ ਸੇਵਾ ਕਰਨ ਲੱਗੇ ਹਨ ਕਿਰਪਾ ਕਰਨੀ ਜੀ ਇਸੇ ਤਰ੍ਹਾਂ ਪੰਚਾਇਤ ਵਿੱਚ ਸ਼ਾਸਨ ਤੋਂ ਬਖਸ਼ ਕਰਕੇ ਮਹਾਰਾਜ ਇਸੇ ਤਰ੍ਹਾਂ ਮਹਾਰਾਜ ਨਵੀਂ ਪੰਚਾਇਤ ਨੂੰ ਸੇਵਾ ਕਰਨ ਦਾ ਉਦਮ ਵੱਲ ਬਖਸ਼ ਕਰਨਾ ਉੱਚਾ ਕਲੋਚੀਆਂ ਤੋਂ ਬਚਾਉਣਾ ਦੁੱਖਾਂ ਕਲੇਸ਼ਾਂ ਪਾਪਾਂ ਦਾ ਅਰਦਾਸ ਕਰਨਾ ਭਜਨ ਬਾਣੀ ਦੇ ਪ੍ਰਤਾਪ ਦਾ ਨਿਆਸ ਦੇ ਮਹਾਰਾਜ ਸੇਵਾ ਕਰਨ ਦੀ ਆਗਿਆ ਬਖਸ਼ ਕਰੋ ਸਹੀ ਪਿਆਰੇ ਗੁਰਮੁਖ ਮੇਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
ਸਮੇਂ ਦੇ ਨਾਲ ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅਤੇ ਹੁਣ ਜਿਹੜਾ ਸਿਰਫ ਸੀਮਟ ਦੀਆਂ ਇੱਟਾਂ ਜਿਹਨਾਂ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ। ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ NRI ਵੀਰ ਵੱਲੋਂ। ਉਹਨਾਂ ਨੇ ਜਿਹੜਾ ਆ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਆ ਇੱਥੇ ਬਲੋਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਅੱਜ ਦੇ ਵਾਤਾਵਰਨ ਦੇ ਅਨੁਕੂਲ ਜਿਹੜੇ ਆ ਬ੍ਰਿਕਸ ਇੱਥੇ ਬਲੋਕ ਤਿਆਰ ਕੀਤੇ ਜਾਂਦੇ ਆ। ਆਹ ਜਿਹਦੇ ਕੋਲ ਆਪਾਂ ਖੜੇ ਹਾਂ ਇਹਨੂੰ ਅਸੀਂ ਕਹਿੰਦੇ ਹਾਂ ਜੀ 6 ਇੰਚੀ ਬਲੋਕ। ਅੱਛਾ ਜੀ। ਅਤੇ ਇਹਦੀ 9 ਇੰਚ ਲੰਬਾਈ ਇੱਧਰ ਨੂੰ ਜੀ ਅਤੇ 6 ਇੰਚ ਇਹਦੀ ਇੱਧਰ ਨੂੰ ਚੜਾਈ ਆ ਅਤੇ 6 ਇੰਚ ਉੱਚਾਈ ਆਪਾਂ ਨੂੰ ਲਗਭਗ 3.5-4 ਇੰਟਾਂ ਕਵਰ ਕਰ ਜਾਂਦਾ ਇੱਕ ਬਲੋਕ। ਅੱਛਾ ਜੀ। ਹਾਂਜੀ। ਅਤੇ ਦੂਜੀ ਇਹਦਾ ਬੈਨੀਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜ ਕੱਲ੍ਹ ਆਪਾਂ ਘਰ ਬਣਾ ਰਹੇ ਹਾਂ ਸਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇਜ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਮਰਜ਼ੀ ਪੈਸੇ ਲਾਉਂਦੇ ਹਾਂ 2 ਸਾਲ ਬਾਅਦ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ ਹੈ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਹਾਂ ਚਾਹੇ ਬਲੋਕ ਯੂਜ਼ ਕਰਦੇ ਹਾਂ ਇਹ 'ਚ ਕੋਈ ਇੱਦਾਂ ਦੀ ਦਿੱਕਤ ਨਹੀਂ ਹੈਗੀ ਅਤੇ ਦੂਸਰਾ ਇਹ ਆ ਕਿ ਆਪਣਾ ਇਹ 'ਚ ਮਟੀਰੀਅਲ ਸੇਵ ਹੋਊਗਾ ਜਿਵੇਂ ਪੈਸਾ ਸੇਵ ਹੋਊਗਾ ਮਟੀਰੀਅਲ ਸੇਵ ਜਿੱਦਾਂ ਰੇਤਾ ਯੂਜ਼ ਕਰਦੇ ਹਾਂ ਆਪਾਂ ਜਾਂ ਸੀਮਿੰਟ ਯੂਜ਼ ਕਰਦੇ ਹਾਂ ਅਤੇ ਉਹ ਸਾਰਾ ਆਪਣਾ ਸੇਵ ਹੋਊਗਾ।